ਸਾਰਿਆਂ ਨੂੰ ਜੈ ਮਸੀਹ ਦੀ। ਮੇਰਾ ਨਾਮ ਸੁਮਿਤ ਆ, ਮੈਂ ਈਸਾ ਨਗਰ ਦਾ ਰਹਿਣ ਵਾਲਾ ਵਾ। ਮੇਰੀ ਜ਼ਿੰਦਗੀ ਦੀ ਉਗਾਈ ਇਹ ਆ ਕਿ ਮੈਂ ਇੱਕ ਡੇਢ ਸਾਲ ਤੋਂ ਵਰਲਡ ਵਰਸ਼ਿਪ ਸੈਂਟਰ ਮਿਨਿਸਟਰੀ ਦੇ ਨਾਲ ਜੁੜਿਆ ਹੋਇਆ ਵਾ। ਪਾਸਟਰ ਅਰੁਣ ਜੋਏ ਥਾਪਰ ਜੀ ਨਾਲ ਮੈਂ ਜੁੜਿਆ ਹੋਇਆ ਵਾ। ਮੈਂ ਇੱਥੇ ਸੇਵਾ ਕਰਦਾ ਵਾਂ ਔਰ ਮੇਰੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਗਵਾਹੀਆਂ ਆ, ਪਰ ਮੈਂ ਤੁਹਾਡੇ ਨਾਲ ਜੋ ਮੇਰੇ ਜੀਵਨ ਦੇ ਵਿੱਚ ਜੋ ਵੱਡੀਆਂ ਗਵਾਹੀਆਂ ਆ, ਜੋ ਇਸ ਸਾਲ ਦੇ ਵਿੱਚ ਜੋ ਪ੍ਰੋਫੈਸੀ ਹੋਈ ਸੀ, ਜੋ ਪਾਸਟਰ ਜੀ ਨੇ ਪ੍ਰੋਫੈਸੀਜ਼ ਕੀਤੀਆਂ ਸੀ ਕਿ ਜੋ 2018 ਸਾਲ ਆ ਇਹਦੇ ਵਿੱਚ ਤੁਸੀਂ ਹਰ ਮਹੀਨੇ ਨਵੀਂ ਅਤੇ ਵੱਡੀਆਂ ਗਵਾਹੀਆਂ ਨੂੰ ਆਉਂਦੇ ਹੋਏ ਆਪਣੀ ਲਾਈਫ ਦੇ ਵਿੱਚ ਦੇਖੋਗੇ, ਉਹ ਤੁਸੀਂ ਟੈਸਟਮਨੀ ਦੇ ਨਾਲ ਵਾਪਸ ਆਉਂਗੇ। ਇਹ 2018 ਦੇ ਵਿੱਚ ਪਾਸਟਰ ਜੀ ਨੇ ਪ੍ਰੋਫੈਸੀਜ਼ ਕੀਤੀ ਸੀ ਕਿ ਹਰ ਮਹੀਨੇ ਤੁਹਾਡੇ ਜੀਵਨ ਦੇ ਵਿੱਚ ਇੱਕ ਵੱਡੀ, ਇੱਕ ਨਵੀਂ ਅਤੇ ਇੱਕ ਅਭਿਸ਼ੇਕਤ ਗਵਾਹੀ ਆਉਣ ਵਾਲੀ ਹੈ ਅਤੇ ਤੁਸੀਂ ਟੈਸਟਮਨੀ ਦੇ ਨਾਲ ਵਾਪਸ ਆਉਣ ਵਾਲੇ ਹੋ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਨਵਰੀ ਜਦੋਂ ਫਸਟ ਮੰਥ ਸੀਗਾ, ਮੈਂ ਬਲੈਸ ਹੋਇਆ ਲੈਪਟੋਪ ਦੇ ਨਾਲ ਔਰ ਮੈਂ ਆਪਣੇ ਘਰ ਵਿੱਚ ਸੀਗਾ। ਮੇਰੇ ਦਾਦੂ ਸੀਗੇ, ਉਹ ਬਾਹਰੋਂ ਆਏ ਹੋਏ ਸੀਗੇ, UK ਤੋਂ ਆਏ ਹੋਏ ਸੀਗੇ। ਉਹਨਾਂ ਨੇ ਮੈਨੂੰ ਫੋਨ ਕੀਤਾ ਔਰ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਮੈਨੂੰ ਮਿਲ ਕੇ ਜਾ, ਅਤੇ ਮੈਂ ਸੋਚ ਰਿਹਾ ਸੀ ਸ਼ਾਇਦ ਕੋਈ ਕੰਮ ਆ ਤਾਂ ਉਹ ਮੈਨੂੰ ਕਹਿੰਦੇ ਪਏ ਆ, ਪਰ ਉਹਨਾਂ ਦਾ 2-3 ਵਾਰੀ ਫੋਨ ਆਇਆ। ਮੈਂ ਕਿਹਾ ਚਲੋ ਫਿਰ ਮੈਂ ਜਾ ਕੇ ਆਉਂਦਾ ਵਾ ਉੱਥੇ। ਅਤੇ ਜਦੋਂ ਮੈਂ ਉੱਥੇ ਗਿਆ, ਮੈਂ ਉਹਨਾਂ ਨੇ ਮੇਰੇ ਨਾਲ ਗੱਲਾਂ ਬਾਤਾਂ ਕੀਤੀਆਂ। ਮੈਂ ਕਿਹਾ ਸ਼ਾਇਦ ਕੋਈ ਕੰਮ ਹੋਏਗਾ, ਮੈਂ ਇਹੀ ਸੁਣ ਮੈਂ ਉਹਨਾਂ ਨਾਲ ਚਾਹੁੰਦਾ ਸੀ ਕਿ ਮੇਰੇ ਨਾਲ ਸ਼ਾਇਦ ਕੋਈ ਕੰਮ ਕਹਿਣਗੇ, ਪਰ ਉਹਨਾਂ ਨੇ ਮੈਨੂੰ ਕੋਈ ਕੰਮ ਨਹੀਂ ਕਿਹਾ। ਉਹਨਾਂ ਨੇ ਮੇਰੇ ਨਾਲ ਗੱਲਾਂ ਬਾਤਾਂ ਕੀਤੀਆਂ, ਮੈਂ ਸਟੱਡੀ ਕਰਦਾ ਹਾਂ, GNM ਕਰ ਰਿਹਾ। ਉਹਨਾਂ ਨੇ ਸਟੱਡੀ ਦੇ ਬਾਰੇ ਗੱਲਾਂ ਕੀਤੀਆਂ, ਮੇਰੇ ਘਰ ਬਾਰ ਬਾਰੇ ਗੱਲਾਂ ਕੀਤੀਆਂ, ਮੇਰੀ ਫੈਮਿਲੀ ਬਾਰੇ ਗੱਲਾਂ ਕੀਤੀਆਂ, ਜੋ ਮੈਂ ਕਰਨਾ ਚਾਹੁੰਦਾ ਜਾਂ ਫਿਊਚਰ ਵਿੱਚ। ਉਹਨਾਂ ਨੇ ਜਦੋਂ ਮੈਂ ਉੱਥੇ ਬੈਠਾ ਸੀਗਾ ਅਤੇ ਜਦੋਂ ਮੈਂ ਵਾਪਸ ਆਉਣ ਲੱਗਾ ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਸੁਮਿਤ ਰੁਕ, ਮੈਂ ਤੇਰੇ ਲਈ ਲੈਪਟੋਪ ਲੈ ਕੇ ਆਇਆ ਵਾਂ। ਅਤੇ ਮੈਂ ਲੈਪਟੋਪ ਨੂੰ ਦੇ ਕੇ ਬਹੁਤ ਖੁਸ਼ ਹੋਇਆ ਕਿਉਂਕਿ ਮੈਂ ਜਿਹੜੀ ਪ੍ਰੋਫੈਸੀ ਸੀ ਉਹਦੇ ਲਈ ਵਰਕ ਕਰ ਰਿਹਾ ਸੀਗਾ। ਮੈਂ ਪ੍ਰੇਅਰ ਕਰ ਰਿਹਾ ਸੀ, ਮੈਂ ਹਰ ਥਰਸਡੇ ਹਰ ਸੰਡੇ ਆ ਕੇ ਇੱਥੇ ਸੇਵਾ ਕਰਦਾ ਵਾਂ ਔਰ ਆਪਣੇ ਲਈ ਨਹੀਂ ਕਰਦਾ, ਮੈਂ ਪਰਮੇਸ਼ਰ ਦੇ ਲਈ ਕਰਦਾ ਹਾਂ। ਔਰ ਇਹ ਗਵਾਹੀ ਮੈਂ ਇਸ ਲਈ ਦੇ ਰਿਹਾ ਕਿਉਂਕਿ ਜੋ ਪ੍ਰੋਫੈਸੀ ਪਰਮੇਸ਼ਰ ਦੇ ਦਾਸ ਸਾਡੇ ਜੀਵਨ ਦੇ ਵਿੱਚ ਕਰਦੇ ਆ ਉਹਨਾਂ ਨੂੰ ਰਿਸੀਵ ਕਰਨਾ ਅਤੇ ਉਹ 'ਤੇ ਵਰਕ ਕਰਨਾ ਬਹੁਤ ਜ਼ਰੂਰੀ ਆ, ਤਾਂ ਹੀ ਇਹ ਪ੍ਰੋਫੈਸੀ ਸਾਡੇ ਜੀਵਨ ਦੇ ਵਿੱਚ ਪੂਰੀਆਂ ਹੋ ਸਕਦੀਆਂ। ਔਰ ਦੂਜੇ ਮਹੀਨੇ ਫੈਬਰਵਰੀ ਦੇ ਵਿੱਚ ਮੈਂ GNM ਫਾਈਨਲ ਈਅਰ ਦੇ ਐਗਜ਼ਾਮ ਦਿੱਤੇ ਸੀਗੇ ਔਰ ਜਿਹਦੇ ਵਿੱਚ ਕਿ ਨਾਲ ਨਾਲ ਥਰਸਡੇ ਸੰਡੇ ਦੀਆਂ ਮੀਟਿੰਗਸ ਵੀ ਚੱਲ ਰਹੀਆਂ ਸੀਗੀਆਂ, ਪਰ ਮੈਂ ਆਪਣੀ ਸਟੱਡੀ ਵੀ ਕਰਦਾ ਸੀ ਅਤੇ ਨਾਲ ਨਾਲ ਪਰਮੇਸ਼ ਇੱਥੇ ਆ ਕੇ ਪਰਮੇਸ਼ਰ ਦੇ ਭਵਨ ਦੇ ਵਿੱਚ ਸੇਵਾ ਵੀ ਕਰਦਾ ਸੀ। ਔਰ ਮੈਂ ਜਾਣਦਾ ਸੀਗਾ ਮੇਰਾ ਜਿਹੜਾ ਰਿਜ਼ਲਟ ਆ ਉਹ ਪੋਜ਼ਿਟਿਵ ਆ, ਇਸ ਲਈ ਜਦੋਂ ਫੈਬਰਵਰੀ ਦੇ ਵਿੱਚ ਮੈਨੂੰ ਪਰਮੇਸ਼ਰ ਨੇ ਇੱਕ ਪੋਜ਼ਿਟਿਵ ਰਿਜ਼ਲਟ ਦੇ ਨਾਲ ਬਲੈਸ ਕੀਤਾ, ਜਿਹੜੀ ਕਿ ਮੇਰੀ ਦੂਜੀ ਗਵਾਹੀ ਸੀ, ਦੂਜੇ ਮਹੀਨੇ ਦੀ ਦੂਜੀ ਗਵਾਹੀ, ਔਰ ਮੈਂ ਫਾਈਨਲ ਦੇ ਵਿੱਚ ਕਲੀਅਰ ਹੋ ਚੁੱਕਾ ਵਾਂ। ਮੇਰੀ GNM ਜਿਹੜੀ ਹੁਣ ਕੰਪਲੀਟ ਹੋ ਚੁੱਕੀ ਆ। ਉਹ ਤੋਂ ਬਾਅਦ ਮਾਰਚ ਦੇ ਵਿੱਚ ਮੈਨੂੰ ਪਰਮੇਸ਼ਰ ਨੇ, ਮੈਂ ਮੇਰੇ ਕੋਲ ਫੋਨ ਨਹੀਂ ਸੀਗਾ, ਮੇਰੇ ਤੋਂ ਸਿੰਪਲ ਫੋਨ ਸੀਗਾ ਔਰ ਇਹ ਵਾਲਾ ਫੋਨ ਮੇਰੇ ਕੋਲ ਸੀਗਾ ਬਿਲਕੁਲ ਸਿੰਪਲ, ਔਰ ਮੈਂ ਇਹ 'ਤੇ ਵੀ ਵਰਕ ਕਰ ਰਿਹਾ ਸੀ ਕਿਉਂਕਿ ਮੈਂ ਰੋਜ਼ ਪਾਸਟਰ ਜੀ ਦੇ ਨਾਲ ਜਾਣਾ ਹੁੰਦਾ ਸੀਗਾ ਔਰ ਮੈਨੂੰ ਰੋਜ਼ ਪੁੱਛਦੇ ਹੁੰਦੇ ਸੀ ਉਹ ਕਿ ਤੇਰੇ ਕੋਲ ਫੋਨ ਹੈਗਾ ਆ, ਤੂੰ ਵਟਸਐਪ 'ਤੇ ਹੈਗਾ, ਫੇਸਬੁੱਕ 'ਤੇ ਹੈਗਾ। ਮੈਂ ਰੋਜ਼ ਕਹਿੰਦਾ ਸੀ ਨਹੀਂ ਮੇਰੇ ਕੋਲ ਨਹੀਂ, ਮੇਰੇ ਕੋਲ ਸਿੰਪਲ ਫੋਨ ਆ, ਪਰ ਉਹ ਮੈਨੂੰ ਰੋਜ਼ ਪੁੱਛਦੇ ਸੀ। ਮੈਂ ਸੋਚਦਾ ਸੀ ਸ਼ਾਇਦ ਉਹ ਸ਼ਾਇਦ ਜਾਣ ਕੇ ਮੈਨੂੰ ਕਰ ਰਹੇ ਆ, ਪਰ ਮੈਂ ਸਪਿਰਿਟ ਦੇ ਵਿੱਚ ਹਮੇਸ਼ਾ ਇਸ ਕਿਉਂਕਿ ਉਹ ਮੈਨੂੰ ਕਹਿਣਾ ਚਾਹੁੰਦੇ ਸੀ ਸਪਿਰਿਟ ਦੇ ਵਿੱਚ ਕਿ ਹੁਣ ਮੈਂ ਜਦੋਂ ਨੈਕਸਟ ਡੇ ਪੁੱਛਾਂਗਾ ਕਿ ਤੇਰੇ 'ਤੇ ਵਟਸਐਪ 'ਤੇ ਹੈਗਾ, ਤਾਂ ਮੈਂ ਉਹ ਵਿਸ਼ਵਾਸ ਕਰਦੇ ਸੀ ਕਿ ਮੈਂ ਉਹਨਾਂ ਨੂੰ ਫੋਨ ਕੱਢ ਕੇ ਦਿਖਾਵਾਂਗਾ ਕਿ ਹਾਂ ਮੇਰੇ ਕੋਲ ਐਂਡਰੋਇਡ ਫੋਨ ਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਮੈਨੂੰ ਪਰਮੇਸ਼ਰ ਨੇ ਇੱਕ ਫੋਨ ਦੇ ਨਾਲ ਨਹੀਂ 2-2 ਐਂਡਰੋਇਡ ਫੋਨ ਦੇ ਨਾਲ ਬਲੈਸ ਕੀਤਾ। ਫਸਟ ਜਿਹੜਾ ਪਹਿਲਾ ਫੋਨ ਸੀ ਮੇਰਾ ਫਰੈਂਡ ਆ, ਉਹਨੇ ਮੈਨੂੰ ਫੋਨ ਕੀਤਾ ਸਪੈਸ਼ਲ ਕਿਉਂਕਿ ਮੈਂ ਹਮੇਸ਼ਾ ਉਹਨੂੰ ਫੋਨ ਕਰਦਾ ਸੀ, ਉਹਨੇ ਮੈਨੂੰ ਫੋਨ ਕੀਤਾ ਅਤੇ ਮੈਂ ਕਿਹਾ ਤੂੰ ਮੈਨੂੰ ਫੋਨ ਕੀਤਾ, ਮੈਂ ਕਿਹਾ ਕੀ ਗੱਲ ਹੋਈ, ਕੋਈ ਕੰਮ ਆ? ਨਹੀਂ, ਉਹਨੇ ਕਿਹਾ ਤੇਰੇ ਲਈ ਗਿਫਟ ਆ ਇੱਕ, ਅਤੇ ਕਹਿੰਦਾ ਮੈਂ ਤੈਨੂੰ ਕੱਲ੍ਹ ਨੂੰ ਦੱਸੂੰਗਾ। ਮੈਂ ਕਿਹਾ ਚਲੋ ਠੀਕ ਆ, ਤੂੰ ਮੈਨੂੰ ਕੱਲ੍ਹ ਦੱਸੀ। ਅਤੇ ਜਦੋਂ ਨੈਕਸਟ ਡੇ ਮੈਂ ਡਿਊਟੀ ਗਿਆ, ਡਿਊਟੀ 'ਤੇ ਉਹਨੇ ਮੈਨੂੰ ਫੋਨ, ਮਾਈਕਰੋਮੈਕਸ ਦਾ ਫੋਨ ਸੀਗਾ ਐਂਡਰੋਇਡ, ਉਹਨੇ ਮੇਰੇ ਹੱਥ ਵਿੱਚ ਫੜਾ ਤਾ, ਕਹਿੰਦਾ ਸੁਮਿਤ ਅੱਲਾ ਮੈਂ ਤੇਰੀ ਫੋਨ ਲੈ ਕੇ ਆਇਆ ਗਿਫਟ। ਔਰ ਮੈਂ ਬਹੁਤ ਖੁਸ਼ ਆਇਆ ਕਿ ਪਰਮੇਸ਼ਰ ਨੇ ਮੇਰੇ ਲਈ ਮਾਰਚ ਮਹੀਨੇ ਦੇ ਵਿੱਚ ਜਿਹੜੇ ਕਿ ਤੀਜਾ ਮਹੀਨਾ ਸੀ, ਤੀਜੀ ਗਵਾਹੀ ਨੂੰ ਮੇਰੇ ਜੀਵਨ ਦੇ ਵਿੱਚ ਦਿੱਤਾ, ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਉਹ ਇੱਕ ਫੋਨ ਨਹੀਂ, ਮੇਰੇ ਕੋਲ ਦੂਜਾ ਫੋਨ ਵੀ ਹੈਗਾ ਆ। ਮੇਰੇ ਬੂਆ ਆਏ ਸੀਗੇ ਇੰਗਲੈਂਡ ਤੋਂ, ਉਹਨਾਂ ਨੇ ਮੈਨੂੰ
ਆਕੇ ਕਿਹਾ ਕਿ ਮੈਂ ਤੈਨੂੰ ਸਮਾਰਟਫੋਨ ਲੈ ਕੇ ਦੇਣਾ ਆ, ਕਿਉਂਕਿ ਉਹ ਉੱਥੋਂ ਹੀ ਸੋਚ ਕੇ ਆਏ ਸੀਗੇ। ਅਤੇ ਮਤਲਬ ਜਿਹੜੀ ਪਰਮੇਸ਼ੁਰ ਦੇ ਵਿੱਚ ਕੀਤੀ ਗਈ ਹੈ, ਪਰਮੇਸ਼ੁਰ ਦੇ ਵਚਨ ਦੇ ਵਿੱਚ ਲਿਖਿਆ, ਪਰਮੇਸ਼ੁਰ ਦੇ ਵਿੱਚ ਕੀਤੀ ਗਈ ਮਿਹਨਤ ਜਿਹੜੀ ਵਿਅਰਥ ਨਹੀਂ ਜਾਂਦੀ। ਔਰ ਮੈਂ ਪਰਮੇਸ਼ੁਰ ਦੇ ਵਿੱਚ ਵਰਕ ਕਰ ਰਿਹਾ ਸੀਗਾ, ਇਸ ਮਿਨਿਸਟਰੀ ਦੇ ਵਰਕ ਕਰ ਰਿਹਾ ਸੀ, ਪਾਸਟਰ ਜੀ ਦੀ ਪ੍ਰੋਫੈਸੀਜ਼ ਨੂੰ ਮੈਂ ਰਿਸੀਵ ਕਰਦਾ ਪਿਆ ਸੀ ਆਪਣੀ ਲਾਈਫ ਦੇ ਲਈ, ਆਪਣੀ ਫੈਮਿਲੀ ਦੇ ਨਾਲ। ਹੁਣ ਮੈਨੂੰ ਪਰਮੇਸ਼ੁਰ ਨੇ ਦੋ ਦੋ ਫੋਨ ਦੇ ਨਾਲ ਬਲੈਸ ਕੀਤਾ। ਹੁਣ ਮੈਂ ਇੱਕ ਹੋਰ ਨਵੇਂ ਐਂਡਰੋਇਡ ਫੋਨ ਦੇ ਨਾਲ ਬਲੈਸ ਹੋਇਆ ਵਾ, ਔਰ 10,000 ਦਾ ਫੋਨ ਹੈ ਇਹ, ਔਰ ਮੇਰੇ ਕੋਲ ਦੋ ਦੋ ਫੋਨ ਆ। ਮੈਂ ਟੈਸਟਮਨੀ ਇਸ ਲਈ ਦੇ ਰਿਹਾ ਹਾਂ ਕਿ ਇਹ ਮੈਂ ਕਿਸੇ ਪਾਸਟਰ ਜੀ ਦਾ ਜਾਂ ਕਿਸੇ ਉਹਦਾ ਨਾਮ ਨਹੀਂ ਕਰ ਰਿਹਾ, ਮੈਂ ਪਰਮੇਸ਼ੁਰ ਦਾ ਨਾਮ ਉੱਚਾ ਕਰ ਰਿਹਾ ਕਿ ਜੇ ਕਿਸੇ ਕਿਸੇ ਦਾਸ ਤੋਂ, ਕਿਸੇ ਪਾਸਟਰ ਕੋ, ਕਿਸੇ ਪ੍ਰੋਫਿਟ ਕੋ, ਤੁਸੀਂ ਕਿਸੇ ਅਪੋਸਟਲ ਕੋ ਕੀ ਰਿਸੀਵ ਕਰ, ਉਹਦੇ ਵਰਡਸ ਰਿਸੀਵ ਕਰ ਸਕਦੇ ਹਾਂ। ਉਹ ਜਦੋਂ ਵੀ ਕੋਈ ਮੈਨੂੰ ਵਰਡਸ ਕਹਿੰਦੇ ਸੀ, ਮੈਂ ਉਹਨਾਂ ਨੂੰ ਰਿਸੀਵ ਕਰਦਾ ਸੀ, ਮੈਂ ਉੱਥੇ ਵਰਕ ਕਰਦਾ ਸੀਗਾ। ਔਰ ਅੱਜ ਮੈਂ 3 ਮਹੀਨੇ ਦੇ ਵਿੱਚ ਡਬਲ ਬਲੈਸ ਹੋ ਚੁੱਕਾ ਹਾਂ, ਔਰ ਮੈਂ ਜਾਣਦਾ ਮੈਂ ਆਉਣ ਵਾਲੇ ਮਹੀਨਿਆਂ ਦੇ ਵਿੱਚ ਵੀ ਡਬਲ ਬਲੈਸ ਹੋਵਾਂਗਾ, ਡਬਲ ਬਲੈਸਿੰਗ ਆਊਗੀ ਮੇਰੇ ਕੋਲ, ਮੈਂ ਟੈਸਟਮਨੀ ਦੇ ਨਾਲ ਵਾਪਸ ਆਊਂਗਾ। ਔਰ ਮੈਂ ਬਹੁਤ ਥੈਂਕਸ ਕਰਦਾ ਹਾਂ ਵਰਲਡ ਵਰਸ਼ਿਪਸ ਮਿਨਿਸਟਰੀ ਦਾ, ਔਰ ਪਾਸਟਰ ਜੀ ਦਾ, ਪਾਸਟਰ ਅਰੁਣ ਜੋਏ ਥਾਪਰ ਜੀ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ, ਔਰ ਪਰਮੇਸ਼ੁਰ ਪ੍ਰਭੂ ਯੇਸ਼ੂ ਮਸੀਹ ਦਾ ਮੈਂ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਬਲੈਸ ਕੀਤਾ, ਮੇਰੀ ਫੈਮਿਲੀ ਨੂੰ ਬਲੈਸ ਕਰਦਾ। ਜੈ ਮਸੀਹ ਦੀ।